नमस्कार। अमेरिका किंग्स रिवर में डूबे बच्चों की जान बचाते समय अपनी जान देने वाले मंजीत सिंह के परिवार ने की भारत सरकार से अपील। गुरदासपुर के गांव छीना रेलवाला के रहने वाले 29 वर्षीय नौजवान मंजीत सिंह की अमेरिका किंग्स रिवर में डूब रहे 3 बच्चों को बचाते हुए खुद मौत की आगोश में समा गया। मंजीत सिंह 3 साल पहले अमेरिका गया था और कबड्डी प्लेयर था। परिवार समेत पूरे गाँव में शोक की लहर है। परिवार की मांग है कि उनके बेटे की मृतक देह को जल्द भारत उनके गांव में लाया जाए। गुरदासपुर से जगजीत सिंह के साथ सालम टारी की रिपोर्ट। ਸਾਡਾ ਬੇਟਾ ਜਿਹੜਾ ਗਿਆ ਵਾ ਸਨ 18 'ਚ, 2-2.5 ਸਾਲ ਹੋਏ ਗਏ ਨੂੰ। ਰੋਜ਼ੀ ਰੋਟੀ ਕਮਾਉਣ ਗਿਆ ਸੀ ਅਤੇ ਉੱਥੇ ਕੋਈ ਬੀੜ ਦੇ ਵਿੱਚ ਬੱਚੇ ਡੁੱਬ ਰਹੇ ਸੀ ਅਤੇ ਇਹਨੇ ਛਾਲ ਮਾਰ ਕੇ ਬਚਾਏ ਆ। ਕੁਰਬਾਨੀ ਵਾਲਾ ਕੰਮ ਕੀਤਾ ਉਹਨੇ ਅਤੇ ਅਸੀਂ ਚਾਹੁੰਦੇ ਵੀ ਉਹਦੀ ਸਾਡੀ ਮਦਦ ਕਰੇ ਸਰਕਾਰ ਅਤੇ ਉਹਦੀ ਡੈੱਡ ਬਾਡੀ ਇੱਥੇ ਲੱਗ ਜਾਵੇ। ਬਹੁਤ ਮਿਹਰਬਾਨੀ ਹੋ ਉਹਨਾਂ ਦੀ। ਉਹਦੇ ਮੁੰਡੇ ਸੱਜਣਾ ਜੀ ਉੱਥੇ ਉਹਨਾਂ ਫੋਨ ਫਾਨ ਕੀਤਾ। ਉਹਨਾਂ ਦੱਸਿਆ ਵੀ ਇੱਦਾਂ ਜਿੱਦਾਂ ਮਤਲਬ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਵੀ ਜਿੱਦਾਂ 2 ਬੱਚੇ ਡੁੱਬ ਰਹੇ ਆਪਣੇ ਗੱਡੀ ਜਾਣ ਰਹੇ ਤੇ ਅਤੇ ਡੁੱਬ ਰਹੇ ਅਤੇ ਜੇ ਰੌਲਾ ਸੁਣ ਕੇ ਗਿਆ ਤੇ ਇਹਨੇ ਛਾਲਾ ਮਾਰ ਕੇ ਇਹਨਾਂ ਨੂੰ ਕੱਢ ਲੈਂਦਾ। ਜੇ 2 ਕੱਢ ਲਏ ਤੀਜਾ ਗਾੜੀ ਜ਼ਿਆਦਾ ਡੂੰਘੇ ਪਾਣੀ 'ਚ ਉਹਨੂੰ ਕੱਢਣ ਗਿਆ ਤਾਂ ਆਪ ਡੁੱਬਦਾ। ਇਹ ਕੈਲੀਫੋਰਨੀਆ ਜੀ ਇਹੋ ਚਾਹੁੰਦਾ ਵੀ ਉਹਦੀ ਲਾਸ਼ ਵਾਸ ਲਿਆਂਦੀ ਜਾਵੇ, ਸਾਡੀ ਮਦਦ ਕਰੇ ਪ੍ਰਸ਼ਾਸਨ ਨੇ। ਅਜੇ ਕੋਈ ਮੇਰਾ ਭਤੀਜਾ ਸੀ ਮਨਜੀਤ ਸਿੰਘ, ਇਹ 2 ਸਾਲ ਤੋਂ ਪਹਿਲਾਂ ਅਮੈਰੀਕਾ ਗਿਆ ਸੀ। ਉੱਥੇ ਜਾ ਕੇ ਕੰਮਕਾਰ 'ਤੇ ਲੱਗਾ ਸੀ ਅਤੇ ਦੋਸਤਾਂ ਦੇ ਨਾਲ ਇਹ ਜਾ ਰਿਹਾ ਸੀ, ਬੀਚ ਨੂੰ ਲੰਘ ਰਿਹਾ ਸੀ ਅਤੇ ਇਹਨਾਂ ਵੇਖਿਆ ਵੀ ਬੱਚੇ ਡੁੱਬ ਰਹੇ ਸੀ, ਉਹਨਾਂ ਨੂੰ ਬਚਾਉਣ ਲਈ ਗਿਆ। ਜਾ ਕੇ ਛਾਲ ਮਾਰ ਦਿੱਤੀ ਆ ਅਤੇ 2 ਬੱਚੇ ਕੱਢ ਲਿਆਂਦੇ। ਤੀਜੇ ਨੂੰ ਜਦੋਂ ਹੱਥ ਪਾਉਣ ਲੱਗਾ ਨਾਲ ਹੀ ਆਪ ਚਲ ਗਿਆ। ਅਸੀਂ ਚਾਹੁੰਦੇ ਹਾਂ ਵੀ ਸਾਡੀ ਡੈੱਡ ਬਾਡੀ ਜਿਹੜੀ ਆ ਮਿਹਰਬਾਨੀ ਕਰਕੇ ਅਤੇ ਇੱਥੇ ਸਾਨੂੰ ਲਿਆ ਕੇ ਸਾਡੇ ਹੱਥੇ ਦਿੱਤੀ ਜਾਵੇ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ। ਸਿੱਖਾਂ ਦਾ ਮਾਣ ਉੱਚਾ ਕੀਤਾ। ਹਾਂ, ਮਤਲਬ ਸਾਡੇ ਬੇੜੇ ਨੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਆ। ਆਪਣੀ ਮਤਲਬ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਛਾਲ ਮਾਰ ਕੇ ਆਪਣੀ ਜਵਾਨ ਗੁਆਤੀ ਆ ਅਤੇ ਬੱਚਿਆਂ ਲਈ ਜਾਨ ਬਚਾਈ ਆ। ਅਸੀਂ ਚਾਹੁੰਦੇ ਹਾਂ ਵੀ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ। ਨਹੀਂ ਸ਼ਾਦੀ ਹੋਈ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਮਨਜੀਤ ਸਿੰਘ। ਆਪਾਂ ਕਦੀ ਸੋਚਿਆ ਨਹੀਂ ਸੀ ਕਿ ਉਹ ਇੰਨੀ ਬਹਾਦਰੀ ਦਾ ਕੰਮ ਕਰਕੇ ਆਪਣੇ ਪਰਿਵਾਰ, ਪਿੰਡ, ਪੰਜਾਬ ਅਤੇ ਪੂਰੇ ਭਾਰਤ ਦੇਸ਼ ਦਾ ਨਾਂ ਰੋਸ਼ਨ ਕਰੂਗਾ। ਅਜਿਹੀ ਲਾਸਾਨੀ ਸ਼ਹਾਦਤ ਹੀ ਮੈਂ ਉਹਨਾਂ ਨੂੰ ਕਹਾਂਗਾ। ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜੀ ਬੱਚਿਆਂ ਨੂੰ ਬਚਾਉਣ ਦੀ ਉਹਨੇ ਇੱਕ ਕੋਸ਼ਿਸ਼ ਕੀਤੀ ਆ, ਜਿਨ੍ਹਾਂ ਦੇ ਵਿੱਚੋਂ 2 ਬੱਚਿਆਂ ਨੂੰ ਬਚਾਉਣ 'ਚ ਸਫਲ ਵੀ ਹੋਇਆ, ਉਹਦੀ ਕੁਰਬਾਨੀ ਨੂੰ ਮੇਰਾ ਸਲਾਮ ਹੈ। ਮੈਂ ਆਸ ਕਰਦਾ ਭਾਰਤ ਸਰਕਾਰ, ਪੰਜਾਬ ਸਰਕਾਰ ਦੇ ਕੋਲੋਂ ਕਿ ਉਹਦੀ ਡੈੱਡ ਬਾਡੀ ਨੂੰ ਭਾਰਤ ਲਿਆਉਣ ਦੇ ਨਾਲ ਨਾਲ ਉਹਨੂੰ ਕੋਈ ਨਾ ਕੋਈ ਬਰੇਵਰੀ ਅਵਾਰਡ ਜਿਹੜਾ ਉਹ ਜ਼ਰੂਰ ਦਿੱਤਾ ਜਾਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਾਡੇ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਦੋਂ ਅਸੀਂ ਕੁਰਬਾਨੀ ਕਰਦੇ ਹਾਂ ਸਮਾਜ ਦੇ ਲਈ, ਤਾਂ ਉਹਦਾ ਜਿਹੜਾ ਮੁੱਲ ਆ ਉਹ ਸਾਡੀਆਂ ਸਰਕਾਰਾਂ ਵੀ ਪਾਉਂਦੀਆਂ ਨੇ। ਪਿੰਡ ਦਾ ਨਾਂ ਉੱਚਾ ਹੋਣ 'ਤੇ ਪਰਿਵਾਰ ਨੂੰ ਤਾਂ ਜ਼ਰੂਰ ਘਾਟਾ ਪਿਆ ਕਿਉਂਕਿ ਕਦੀ ਉਹਨਾਂ ਨੂੰ ਪੁੱਤ ਨਹੀਂ ਲੱਭਣਾ, ਪਰ ਅਸੀਂ ਉਹਨਾਂ ਦੀ ਹਮੇਸ਼ਾ ਬਾਂਹ ਫੜ ਸਕਦੇ ਹਾਂ। ਵਾਹਿਗੁਰੂ ਕਿਰਪਾ ਕਰਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਸਾਨੂੰ ਹਮੇਸ਼ਾ ਉਹਨਾਂ 'ਤੇ ਮਾਣ ਰਹੂਗਾ। ਦੇਖੋ ਉਹਦੀ ਸੁਭਾਅ ਦੀ ਇੱਕ ਨਿੱਕੀ ਜੀ ਮੈਂ ਉਦਾਹਰਣ ਦੇਣੀ ਚਾਹੂੰਗਾ। ਉਹ ਇੱਕ ਅਜਿਹਾ ਸਮਾਜ ਸੇਵੀ ਸੀ ਜਿਹਨੇ ਕਦੀ ਵੀ ਆਪਣੇ ਨਾਂ ਨੂੰ ਅੱਗੇ ਨਹੀਂ ਲੈ ਕੇ ਆਉਂਦਾ। ਉਹਨੇ ਜਦੋਂ ਵੀ ਕਿਸੇ ਨੂੰ ਦਾਨ ਕੀਤਾ, ਚਾਹੇ ਉਹ ਕਿਸੇ ਨੂੰ ਕਰੋਨਾ ਵਾਇਰਸ 'ਤੇ ਵੇਚਿਆ ਜਾਂ ਉਸ ਤੋਂ ਪਹਿਲਾਂ, ਤਾਂ ਉਹਨੇ ਹਮੇਸ਼ਾ ਹੀ ਉਹਨੂੰ ਇੱਕ ਗੁਪਤ ਤਰੀਕੇ ਨਾਲ ਕੀਤਾ। ਸਾਡੇ ਪਿੰਡ ਦੇ ਵਿੱਚ ਵੀ ਜਿਹੜਾ ਉਹ ਕੋਈ ਆਪਣਾ ਯੋਗਦਾਨ ਪਾਉਂਦਾ ਰਿਹਾ ਤਾਂ ਉਹਨੂੰ ਗੁਪਤ ਤਰੀਕੇ ਨਾਲ ਪਾਇਆ। ਮੈਂ ਸਮਝਦਾ ਕਿ ਜੇਕਰ ਉਹ ਅਮੈਰੀਕਾ ਦੇ ਵਿੱਚ ਸਮਾਂ ਬਤੀਤ ਕਰਦਾ, ਸੈੱਟ ਹੋ ਜਾਂਦਾ, ਤਾਂ ਡੈਫੀਨੇਟਲੀ ਮੇਰੇ ਪਿੰਡ ਦੇ ਲਈ ਉਹ ਬਹੁਤ ਕੁਝ।